ਮਿੱਤਰੋ ਇੱਕ ਸਿਆਣਾ ਪਿਓ ਆਪਣੇ ਮਸ਼ਹੂਰ ਪੁੱਤ ਨੂੰ ਮੰਜ਼ਲ ਪਾਉਣ ਜਾਂਦੇ ਨੂੰ ਜਣੀ ਘਰੋਂ ਚਾਹੇ ਬਾਪੂ ਪੜਨ ਵਾਸਤੇ ਜਾਵੇ ਪੁੱਤ ਤੇ ਚਾਹੇ ਕਿਸੇ ਕੰਮ ਕਰਨ ਜਾਵੇ ਜਿਹੜਾ ਵਿਦੇਸ਼ ਨੂੰ ਜਾਵੇ ਚਾਹੇ ਵਿਦੇਸ਼ ਨੂੰ ਜਾਵੇ ਜਿਹੜਾ ਸਿਆਣਾ ਪਿਓ ਐ ਉਹ ਸਮਝਾਉਂਦਾ ਹੁੰਦਾ ਕੁਝ ਗਾਈਡਲਾਈਨ ਦਿੰਦਾ ਜਣੀ ਸਮਝ ਆਊਗਾ ਸਿਆਣਾ ਹੀ ਹਾਂਜੀ ਹਾਂਜੀ ਜਿਹਨੂੰ ਆਪ ਰਿਹੜੇ ਤੇ ਲੱਦ ਕੇ ਨੋ ਤਾਂ ਕੀ ਦੱਸੂ ਇੱਕ ਸਿਆਣਾ ਪਿਓ ਜਿਵੇਂ ਆਪਦੇ ਪੁੱਤ ਨੂੰ ਸਮਝਾ ਰਿਹਾ ਉਹ ਗੱਲਾਂ ਬਾਤਾਂ ਨੂੰ ਬਾਪੂ ਹਰਪਾਲ ਸਿੰਘ ਸ਼ਮਲਾ ਸਾਹਿਬ ਦੀ ਕਲਮ ਨੇ ਲਿਖਿਆ ਤੇ ਮੈਂ ਤੇ ਬਾਪੂ ਜੀ ਤੁਹਾਡੇ ਨਾਲ ਸਾਂਝਾ ਕਰਦੇ ਆ ਜੇ ਚੰਗੀਆਂ ਲਗੀਆਂ ਤੁਸੀਂ ਅੱਗੇ ਸਾਂਝਾ ਕਰੋ ਦੱਸਿਓ ਬਾਪੂ ਘਰੋਂ ਚੱਲਿਆ ਤੂੰ ਪੁੱਤਾਂ ਮਿੱਠੀ ਮੰਜ਼ਲ ਦੇ ਵੱਲੇ ਮੇਰੇ ਚਾਰ ਕੀ ਸੁਜਾਨੇ ਲੈ ਜੀ ਬਨ ਕੇ ਤੂੰ ਪੱਲੇ ਘਰੋਂ ਚੱਲਿਆ ਤੂੰ ਪੁੱਤਾਂ ਮਿੱਠੀ ਮੰਜ਼ਲ ਦੇ ਵੱਲੇ ਸਾਡੇ ਚਾਰ ਕੀ ਸੁਜਾਨੇ ਲੈ ਜੀ ਬਨ ਕੇ ਤੂੰ ਪੱਲੇ ਕਿਦਾ ਟਿਕਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਦੇਖ ਫਿਲਮਾਂ ਦੇ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੁਕਾਲੀ ਓ ਦੇਖ ਫਿਲਮਾਂ ਦੇ ਹੀਰੋ ਚੱਕ ਲਈ ਨਾ ਦਨਾਲੀ ਓ ਚਿੱਟੇ ਲੇਖਾਂ ਤੇ ਸਿਆਹੀ ਫੇਰ ਲੈ ਨਾ ਤੂੰ ਕਾਲੀ ਖੱਬੇ ਮੋੜ ਦੇ ਕਚੇਰੀ ਖੱਬੇ ਮੋੜ ਦੇ ਕਚੇਰੀ ਸੱਜੇ ਮੋੜ ਤੇ ਆਠਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਹੁਸਨ ਢਲਾਉ ਪਾਰ ਸਿਦ ਕੋਰਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੋਹਾ ਦਿਲ ਦਾਣਾ ਖੋਲੀ ਓ ਜਾਦੂਗਰੀ ਦਾ ਬਾਪ ਹੈ ਹੁਸਨ ਲੋਕੋ ਹਾਂ ਇਹ ਜੀ ਦੀ ਚਾਉਂਦਾ ਏ ਮੱਤੇ ਮਾਰ ਦਿੰਦਾ ਉਤੋਂ ਹੁਸਨ ਦਾ ਬਾਪ ਏ ਨਾਜ ਨਖਰਾ ਓ ਕੱਟ ਦਿਲਾਂ ਨੂੰ ਬਿਨਾ ਤਲਵਾਰ ਦਿੰਦਾ ਓ ਸ਼ੇਰ ਨਾਲੋਂ ਕਸੂਤੀ ਏ ਝੱਪਟੇ ਦੀ ਏ ਜ਼ਾਲਮ ਸੁੱਕਾ ਨਹੀਂ ਜਾਣ ਸ਼ਿਕਾ ਕਰ ਦਿੰਦਾ ਕਿਹੜੇ ਬਾਗ ਦੀ ਮੂਲੀ ਤੂੰ ਸ਼ਮ ਲਿਆ ਏ ਇਹ ਧੂਨੇ ਸਾਦਾਂ ਦੇ ਠੰਡੇ ਰਠਾਰ ਦਿੰਦਾ ਤੈਨੂੰ ਹੁਸਨ ਡਲਾਉ ਪਾਰਸਿਦ ਕੋਨਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੂਹਾ ਦਿਲ ਦਾਣਾ ਖੋਲੀ ਤੈਨੂੰ ਹੁਸਨ ਡਲਾਉ ਪੁੱਤ ਸਿਦ ਕੋਨਾ ਢੋਲੀ ਹੋ ਰਾਜੇ ਮਿਰਜਿਆਂ ਦੇ ਵਾਂਗੂ ਬੂਹਾ ਦਿਲ ਦਾਣਾ ਖੋਲੀ ਖੱਬੇ ਮੋੜਦੇ ਸਲੇਟੀ ਖੱਬੇ ਮੋੜਦੇ ਸਲੇਟੀ ਸੱਜੇ ਪੱਟ ਦਾ ਸਰਹਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਜਿੰਨੀ ਲੋੜ ਹੋਈ ਉਹਨਾਂ ਤੈਨੂੰ ਭੇਜ ਦੂੰ ਮੈਂ ਪੈਸਾ ਪੈਸੇ ਵਾਸਤੇ ਕਰੀ ਨਾ ਕੋਈ ਕੰਮ ਐਸਾ ਐਸਾ ਜਿੰਨੀ ਲੋੜ ਹੋਊ ਪੁੱਤਾ ਉਹਨਾਂ ਭੇਜ ਦੂੰ ਐਸਾ ਵੈਸੇ ਵਸਤੇ ਕਰੀਨਾ ਕੋਈ ਕੰਮ ਐਸਾ ਵੈਸਾ ਖੱਬੇ ਮੋੜਦੇ ਜੁਵਾਰੀ ਖੱਬੇ ਮੋੜਦੇ ਜੁਵਾਰੀ ਸੱਜੇ ਡੱਕੂਆਂ ਦਾ ਲਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੇ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੇ ਮੰਜ਼ਿਲ ਤੇ ਜਾਣਾ ਤੈਨੂੰ ਕਹਿੰਦਾ ਹਰਬਾਲ ਲੈਣਾ ਦਿਲ ਹੋ ਯਾਰ ਪੈਣ ਗਏ ਬਣਾਉਣਾ ਭਾਰ ਸੋਚ ਕੇ ਬਣਾਈ ਹੋ ਜਿਹੜੀ ਜਗ੍ਹਾ ਤੇ ਬੰਦੇ ਦੀ ਕਦਰ ਹੈ ਨਾ ਹੋ ਉਸ ਜਗ੍ਹਾ ਇਨਸਾਨ ਨੂੰ ਜਾਵਣਾ ਕਿਆ ਜਿਹੜਾ ਨਮਕ ਖਾ ਕੇ ਹੋ ਲੋਕੋ ਦਗਾ ਕਰ ਜੇ ਤੇ ਐਸੇ ਮਿੱਤਰ ਨੂੰ ਫੇਰ ਬਲਾਵਣਾ ਕਿਆ ਹੋ ਜਿਹੜੇ ਮਰਦ ਦੀ ਘਰ ਥਾਂ ਨજર ਜਾਂਦੀ ਹੋ ਉਹਦਾ ਫੁੱਟੇ ਮੂੰਹ ਜੱਗ ਤੇ ਆਵਣਾ ਕਿਆ ਹੋ ਮੇਵਾ ਸਿੰਘ ਸ਼ਹੀਦ ਹੋ ਜਾਣ ਅਣਖੀ ਹੋ ਗੁੱਸਾ ਦੱਸ ਗਦਾਰ ਨੂੰ ਆਵਣਾ ਕਿਆ ਤੈਨੂੰ ਕਹਿੰਦਾ ਹਰਬਾਲ ਕਹਿਣਾ ਦਿਲੋਂ ਨਾ ਬੁਲਾਈ ਹੋ ਯਾਰ ਬੈੰਦਿਆ ਵੜਾ ਸੋਚ ਕੇ ਬਣਾਈ ਤੈਨੂੰ ਆਖੇਰ ਪਾਲ ਕਹਿਣਾ ਦਿਲੋਂ ਨਾ ਭਲਾਈ ਹਯਾਰ ਪੈਂਦਿਆ ਬਣਾਉਣੇ ਪੁੱਤ ਸੋਚ ਕੇ ਬਣਾਈ ਖੱਬੇ ਡੋਗਰੇ ਹ ਬੈਠਾ ਖੱਬੇ ਡੋਗਰੇ ਹ ਬੈਠਾ ਸੱਜੇ ਮਲ ਮਰ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਉਹ ਮਿੱਤਰੋ ਇਹ ਗੱਲਾਂ ਜਦੋਂ ਘਰੋਂ ਕਿਸੇ ਨੇ ਪੁੱਤ ਤੋੜਨਾ ਹੋਵੇ ਤਾਂ ਉਹਨੂੰ ਲਾਜ਼ਮੀ ਸਮਝਾਉਣੀਆ ਸਿਕਾਉਣੀਆ ਜ਼ਰੂਰ ਦੀ ਨੇ ਤੇ ਸਾਡੇ ਵਾਲਾ ਗਾਣਾ ਵੀ ਤੁਸੀਂ ਸ਼ੇਅਰ ਕਰਕੇ ਆਪਣੇ ਜਵਾਕਾਂ ਨੂੰ ਸੁਣਾਇਓ ਤਾਂ ਕਿ ਕਿਸੇ ਤੇ ਚੰਗਾ ਅਸਰ ਹੋ ਸਕੇ ਬਿਲਕੁਲ ਬਹੁਤ ਬਹੁਤ ਮਸਾਲਿਆਂ ਦਾ ਹੁੰਦਾ ਚੰਗੇ ਮਸਾਲੇ ਦਾ ਚੰਗਾ ਅਸਰ ਮਾਰਦਾ ਬਿਲਕੁਲ ਜ਼ਿੰਦਗੀ ਜਿੰਦਾਬਾਦ